ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ ਦੋਸਤੋ। ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ। ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ। ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਇੱਕ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਦੇਣੀ ਹੈ। ਦਰਅਸਲ ਇਹ ਇੰਪੋਰਟੈਂਟ ਤੁਹਾਡੇ ਸਾਰਿਆਂ ਵਾਸਤੇ ਹੈ, ਜਿਹੜੇ ਵੀ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਜਾਂ ਫਿਰ ਜਿਹੜੇ ਵੀ ਕੈਨੇਡਾ ਦੇ ਲਈ ਪਲਾਨ ਕਰ ਰਹੇ ਨੇ, ਭਾਵੇਂ ਉਹ ਕੈਨੇਡਾ ਦੇ ਵਿੱਚ PR ਦੀ ਵੇਟ ਕਰ ਰਹੇ ਨੇ, PR ਨੂੰ ਲੈ ਕੇ ਚਿੰਤਿਤ ਨੇ, ਭਾਵੇਂ ਉਹ ਵਰਕ ਪਰਮਿਟ ਜਿਹੜਾ ਹੈ ਉਹਨੂੰ ਐਕਸਟੈਂਡ ਕਰਵਾਉਣਾ ਚਾਹੁੰਦੇ ਨੇ ਜਾਂ ਨਵਾਂ ਵਰਕ ਪਰਮਿਟ ਲਗਾਉਣ ਵਾਸਤੇ ਤੁਸੀਂ ਪਲਾਨ ਕਰ ਰਹੇ ਹੋ, ਭਾਵੇਂ ਇੰਡੀਆ ਤੋਂ ਕਰ ਰਹੇ ਹੋ ਜਾਂ ਆਊਟਸਾਈਡ ਕੈਨੇਡਾ ਤੋਂ ਕਿਤਿਓਂ ਵੀ ਕਰ ਰਹੇ ਹੋ ਜਾਂ ਇਨਸਾਈਡ ਕੈਨੇਡਾ ਵੀ ਰਹਿ ਕੇ LMIA ਦੀ ਝਾਕ ਰੱਖੀ ਬੈਠੇ ਹੋ, ਤਾਂ ਤੁਹਾਡੇ ਸਾਰਿਆਂ ਵਾਸਤੇ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਤੁਸੀਂ ਇੱਕ ਅਜਿਹੇ ਸਕੈਮ ਦਾ ਸ਼ਿਕਾਰ ਵੀ ਹੋ ਸਕਦੇ ਹੋ ਜੋ ਬੜੀ ਮਿੱਠੀ ਚੂੰਡੀ ਵੱਢ ਕੇ ਤੁਹਾਨੂੰ ਵੱਡੀ ਲੁੱਟ ਦਾ ਸ਼ਿਕਾਰ ਬਣਾ ਸਕਦੇ ਨੇ। ਦਰਅਸਲ ਏਜੰਟਾਂ ਨੇ ਇੱਕ ਨਵੀਂ ਗੇਮ ਚਲਾਈ ਹੈ, ਕੀ ਉਹ ਗੇਮ ਹੈ ਉਸ ਬਾਰੇ ਇਸ ਪੂਰੇ ਵੀਡੀਓ ਦੇ ਵਿੱਚ ਡਿਸਕਸ਼ਨ ਕਰਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਇਹ ਤੁਹਾਡਾ ਆਪਣਾ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ। ਮਕਸਦ ਤੁਹਾਡੇ ਸਾਹਮਣੇ ਸਹੀ ਅਥੈਂਟਿਕ ਅਤੇ ਰਿਐਲਿਟੀ ਰੱਖਣਾ ਹੁੰਦਾ ਹੈ, ਪ੍ਰਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ। ਕੇਪ ਸੁਨੋਡ SOP ਛੱਲ ਚਾਹੁੰਦੇ ਹੋ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਜਾਂ ਫ੍ਰੈਂਚ ਦੀਆਂ ਔਨਲਾਈਨ ਕਲਾਸਿਸ ਲਗਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ, ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਵੀਡੀਓ ਸ਼ੁਰੂ ਕਰਦੇ ਹਾਂ। ਦਰਅਸਲ ਕੈਨੇਡਾ ਦੇ ਵਿੱਚ ਇਸ ਸਮੇਂ ਬਹੁਤ ਵੱਡੇ ਲੈਵਲ ਦੇ ਉੱਤੇ ਵਰਕ ਪਰਮਿਟ ਜਿਹੜੇ ਨੇ ਉਹ ਐਕਸਪਾਇਰ ਹੋਣ ਜਾ ਰਹੇ ਨੇ, ਸੋ ਕਿਸੇ ਨੂੰ PR ਸਪੋਰਟਿੰਗ LMIA ਦੀ ਲੋੜ ਹੁੰਦੀ ਹੈ। ਕਈ ਕੈਨੇਡਾ ਵਾਸਤੇ ਵਰਕ ਪਰਮਿਟ ਲਗਾਉਣ ਬਾਰੇ ਸੋਚ ਰਹੇ ਨੇ, ਉਹ ਕਈ ਆਊਟਸਾਈਡ ਕੈਨੇਡਾ ਤੋਂ ਵੀ ਹੋ ਸਕਦੇ ਨੇ ਅਤੇ ਇਨਸਾਈਡ ਕੈਨੇਡਾ ਤੋਂ ਵੀ ਹੋ ਸਕਦੇ ਨੇ। ਜਿਵੇਂ ਕੋਈ ਉੱਥੇ ਕਿਸੇ ਦੂਜੇ ਸਟੇਟਸ 'ਤੇ ਤਾਂ ਉਹਨੂੰ ਆਪਣੇ ਨੂੰ ਵਰਕ ਪਰਮਿਟ 'ਚ ਕਨਵਰਟ ਕਰਾਉਣਾ ਚਾਹੁੰਦਾ ਹੈ ਜਾਂ ਆਊਟਸਾਈਡ ਕੈਨੇਡਾ ਤੋਂ ਕੈਨੇਡਾ ਦੇ ਲਈ ਵਰਕ ਪਰਮਿਟ 'ਤੇ ਜਾਣਾ ਚਾਹੁੰਦਾ ਹੈ, ਤਾਂ ਉਹਨਾਂ ਵਾਸਤੇ ਇਹ ਬਹੁਤ ਅਵੇਅਰਨੈਸ ਵਾਲੀ ਵੀਡੀਓ ਹੈ। ਸੁਣਿਓ ਧਿਆਨ ਨਾਲ। ਸਭ ਤੋਂ ਪਹਿਲਾਂ ਆਹ ਟਵੀਟ ਜਿਹੜਾ ਹੈ ਇਹਨੂੰ ਆਪਣੀ ਸਕਰੀਨ ਦੇ ਉੱਤੇ ਦੇਖੋ, ਇਹਨੂੰ ਆਪਾਂ ਸਮਝੀਏ, ਉਸ ਤੋਂ ਬਾਅਦ ਇਹਨੂੰ ਐਕਸਪਲੇਨ ਕਰਦਾ ਹੈ। ਆਕਾਸ਼ ਪਟੇਲ ਦੇ ਟਵਿੱਟਰ ਹੈਂਡਲ ਤੋਂ ਇਹ ਟਵੀਟ ਹੋਇਆ ਹੈ, ਜਿਸ ਦੇ ਵਿੱਚ ਕਈ ਨਾਮੀ ਜਿਹੜੇ ਕੈਨੇਡਾ ਦੇ ਨਿਊਜ਼ ਅਦਾਰੇ ਨੇ ਉਹਨਾਂ ਨੂੰ ਟੈਗ ਵੀ ਕੀਤਾ ਗਿਆ ਹੈ। ਇਹਦੇ ਵਿੱਚ ਪਹਿਲਾਂ ਅਟੈਚਮੈਂਟ ਦੀ ਗੱਲ ਕਰ ਲੈਂਦੇ, ਜਿਹੜੀ ਅਟੈਚਮੈਂਟ ਹੈ। ਦਰਅਸਲ ਇਸ ਅਟੈਚਮੈਂਟ ਦੇ ਵਿੱਚ ਫ੍ਰੈਂਚ ਦਾ ਰੇਟ ਪੁੱਛਿਆ ਗਿਆ ਹੈ ਕਿਸੇ ਵੱਲੋਂ, ਅਤੇ ਉਹਦੇ ਜਵਾਬ ਦੇ ਵਿੱਚ ਲਿਖ ਕੇ ਆਇਆ ਕਿ LMIA ਜਿਹੜੀ ਹੈ ਉਹ $35,000 ਦੀ ਦੇਵਾਂਗੇ ਅਤੇ ਫ੍ਰੈਂਚ ਜਿਹੜਾ ਉਹ $40,000 ਦਾ ਫ੍ਰੈਂਚ ਦਾ ਸਰਟੀਫਿਕੇਟ ਦੇਵਾਂਗੇ। ਇਹ ਇੱਥੇ ਸਕੈਮ ਚੱਲ ਰਿਹਾ ਹੈ। ਦਰਅਸਲ ਇਹਨੂੰ ਉਜਾਗਰ ਕਰਦੇ ਹੋਏ ਆਕਾਸ਼ ਪਟੇਲ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ, ਉਹਨਾਂ ਨੇ ਲਿਖਿਆ ਕਿ LMIA ਸਕੈਮ ਇਜ਼ ਔਨ ਟੌਪ। ਉਹਨਾਂ ਨੇ ਕਿਹਾ ਕਿ LMIA ਦਾ ਸਕੈਮ ਜਿਹੜਾ ਉਹ ਹਾਲੇ ਵੀ ਟੌਪ 'ਤੇ ਚੱਲ ਰਿਹਾ ਕੈਨੇਡਾ ਦੇ ਵਿੱਚ। ਆਇਲਸ ਬੈਂਡ ਆਰ ਬੀਂਗ ਸੋਲਡ, ਆਇਲਸ ਦੇ ਬੈਂਡ ਜਿਹੜੇ ਹੈ ਯਾਨੀ ਕਿ IELTS ਦੇ ਬੈਂਡ ਜਿਹੜੇ ਨੇ ਉਹ ਵੇਚੇ ਜਾ ਰਹੇ ਨੇ। ਫ੍ਰੈਂਚ ਸਕੋਰ ਆਰ ਬੀਂਗ ਸੋਲਡ ਯਾਨੀ ਕਿ ਫ੍ਰੈਂਚ ਦੇ ਸਕੋਰ ਜਿਹੜੇ ਨੇ ਉਹ ਵੀ ਵੇਚੇ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ LMIA ਤੁਹਾਨੂੰ ਪ੍ਰੋਵਾਈਡ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਕੰਮ ਨਹੀਂ ਦਿੱਤਾ ਜਾ ਰਿਹਾ, ਫੇਕ ਪੇ ਰੋਲ ਚਲਾਉਣ ਦੀ ਗੱਲ ਕੀਤੀ ਜਾ ਰਹੀ ਹੈ, ਤੁਸੀਂ $70,000 ਤੱਕ ਦੇ ਇਸ ਸਕੈਮ ਦੇ ਵਿੱਚ ਫਸ ਸਕਦੇ ਹੋ। ਉਸ ਤੋਂ ਬਾਅਦ
CBC ਨਿਊਜ਼ ਨੂੰ ਟੈਗ ਕੀਤਾ ਗਿਆ, CTV ਟੋਰਾਂਟੋ ਨੂੰ ਟੈਗ ਕੀਤਾ ਗਿਆ, CTV ਕਿਚਨਰ ਨੂੰ ਟੈਗ ਕੀਤਾ ਗਿਆ, CBC ਨਿਊਜ਼ ਨੂੰ ਟੈਗ ਕੀਤਾ ਗਿਆ ਇਹਦੇ ਵਿੱਚ। ਤੇ ਸਭ ਤੋਂ ਵੱਡੀ ਗੱਲ ਇਹ ਕਿ ਜਿਹੜਾ ਪਰੂਫ ਦੇ ਤੌਰ ਦੇ ਉੱਤੇ ਸਕਰੀਨਸ਼ਾਟ ਜਿਹੜਾ ਉਹ ਸ਼ੇਅਰ ਕੀਤਾ ਗਿਆ ਜਿਸ ਦੇ ਵਿੱਚ ਫ੍ਰੈਂਚ ਦਾ ਰੇਟ ਪੁੱਛਿਆ ਗਿਆ ਹੈ ਤੇ ਉਹਦੇ ਜਵਾਬ ਦੇ ਵਿੱਚ LMI ਤੇ ਫ੍ਰੈਂਚ ਦਾ ਰੇਟ ਜਿਹੜਾ ਉਹ ਦੱਸਿਆ ਗਿਆ ਕਿ ਇੰਨੇ ਇੰਨੇ ਦੀ ਤੁਹਾਨੂੰ ਮਿਲ ਜਾਵੇਗੀ। ਹੁਣ ਇਹਨੂੰ ਸਮਝਿਓ ਧਿਆਨ ਦੇ ਨਾਲ, ਕੈਨੇਡਾ ਨੇ ਉਹਨਾਂ ਦਾ ਸਿਸਟਮ ਅਬਿਊਜ਼ ਨਾ ਹੋ ਸਕੇ ਇਸ ਨੂੰ ਲੈ ਕੇ ਵੱਡੇ ਲੈਵਲ ਤੇ ਚੇਂਜਸ ਕੀਤੇ ਨੇ। ਹੁਣ ਜੇਕਰ ਕੋਈ ਵੀ ਬੰਦਾ ਫੇਕ LMI ਦੇ ਚੱਕਰ 'ਚ ਫਸੂਗਾ, ਯਾਨੀ ਕਿ ਉੱਥੇ ਜਾ ਕੇ ਪੇਰੋਲ ਚਲਾਉਣ ਵਾਲੇ ਸਿਸਟਮ ਦੇ ਵਿੱਚ ਸਟੱਕ ਹੋਊਗਾ, ਉਹ ਆਪਣੇ ਪੈਰ 'ਤੇ ਆਪਣੇ ਆਪ ਕੁਲਾੜੀ ਮਾਰ ਰਿਹਾ ਹੈ ਜੀ। ਇਹ ਬਹੁਤ ਇੰਪੋਰਟੈਂਟ ਹੈ ਸਮਝਣਾ, ਕਿਉਂਕਿ ਜੇਕਰ ਉਹ ਐਡੇ ਵੱਡੇ ਚੇਂਜਸ ਕਰ ਸਕਦੇ ਹੈ ਤਾਂ ਤੁਹਾਡੇ ਜਿਹੜੇ ਫੇਕ ਪੇਰੋਲ ਹੈ ਉਹਨੂੰ ਫੜਨਾ ਕੋਈ ਵੱਡੀ ਗੱਲ ਨਹੀਂ ਹੁੰਦੀ। ਬਹੁਤ ਪਹਿਲਾਂ ਇੱਕ ਸਟੋਰੀ ਵੀ ਸਾਹਮਣੇ ਆਈ ਸੀ, ਮੈਨੂੰ ਐਗਜੈਕਟਲੀ ਨਹੀਂ ਯਾਦ ਕਿਹੜੇ ਚੈਨਲ ਨੇ ਉਹ ਸਟੋਰੀ ਕੀਤੀ ਸੀਗੀ, ਜਿਹਦੇ ਵਿੱਚ ਇਹ ਵੀ ਕਿਹਾ ਗਿਆ ਸੀਗਾ ਕਿ ਕੋਈ ਸ਼ਖਸ ਜਿਹੜਾ ਹੈ ਉਹ ਪੇਰੋਲ ਚਲਾਉਂਦਾ ਸੀਗਾ ਓਨਟਾਰੀਓ ਦੇ ਕਿਸੇ ਨੌਰਥ ਬੇ ਦੇ ਵਿੱਚ, ਉਹ ਪੇਰੋਲ ਚਲਾਉਂਦਾ ਸੀਗਾ ਅਤੇ ਉਹ ਐਕਚੁਅਲ ਦੇ ਵਿੱਚ ਰਹਿੰਦਾ ਜਿਹੜਾ ਉਹ ਬ੍ਰੈਂਪਟਨ ਦੇ ਵਿੱਚ ਸੀਗਾ। ਅਤੇ ਉਹਦੀ ਐਕਟੀਵਿਟੀ ਜਦੋਂ ਨੋਟ ਕੀਤੀ ਗਈ ਤਾਂ ਉਸ ਤੋਂ ਬਾਅਦ ਉਹਦੇ ਉੱਤੇ ਬਹੁਤ ਵੱਡੀ ਕਾਰਵਾਈ ਕੀਤੀ ਗਈ ਸੀਗੀ। ਐਗਜੈਕਟਲੀ ਮੈਨੂੰ ਉਹ ਸਟੋਰੀ ਹੁਣ ਪੂਰੀ ਯਾਦ ਨਹੀਂ ਹੈਗੀ। ਸੋ ਇਸ ਤਰੀਕੇ ਨਾਲ ਇਸ ਤਰੀਕੇ ਦੇ ਸਕੈਮ ਦੇ ਵਿੱਚ ਜਦੋਂ ਆਪਾਂ ਫਸਦੇ ਹਾਂ ਤਾਂ ਇੱਦਾਂ ਹੀ ਫਿਰ ਹਾਲਾਤ ਹੁੰਦੇ, ਕਿਉਂਕਿ ਆਪਾਂ LMI ਬਾਏ ਕਰ ਲੈਂਦੇ ਪਰ ਉਹ ਇੰਪਲੋਇਰ ਤੁਹਾਨੂੰ ਜੋਬ ਨਹੀਂ ਦਿੰਦਾ, ਉਹਦੀ ਜਗ੍ਹਾ ਦੇ ਉੱਤੇ ਉਹ ਤੁਹਾਡਾ ਫੇਕ ਪੇਰੋਲ ਚਲਾਉਂਦਾ, ਤੁਹਾਡੇ ਤੋਂ ਪੈਸੇ ਲੈ ਕੇ ਤੁਹਾਡੇ ਅਕਾਊਂਟ 'ਚ ਪਾਉਂਦਾ, ਤੁਸੀਂ ਕੰਮ ਜਿਹੜਾ ਉਹ ਇਲੀਗਲ ਤੌਰ 'ਤੇ ਕਿਸੇ ਦੂਜੇ ਇੰਪਲੋਇਰ ਕੋਲ ਕਰ ਰਹੇ ਹੁੰਦੇ ਹੋ। ਅਤੇ ਹੁਣ ਜਿਹੜੇ CBSA ਦੇ ਛਾਪੇ ਵਗੈਰਾ ਪੈ ਰਹੇ ਨੇ ਉਹਦੇ ਵਿੱਚ ਵੀ ਤੁਸੀਂ ਫਸ ਸਕਦੇ ਹੋ। ਅਤੇ ਨਾਲ ਦੀ ਨਾਲ ਹੀ ਇਹ ਜਿਹੜਾ ਵੱਡਾ ਸਕੈਮ ਹੈ ਇਹਦੇ ਨਾਲ ਤੁਹਾਡੀ PR ਜਿਹੜੀ ਹੈ ਉਹ ਵੀ ਖਤਰੇ ਦੇ ਵਿੱਚ ਪੈ ਸਕਦੀ ਹੈ, ਜਿਹਨੂੰ ਟਾਰਗੇਟ ਕਰਕੇ ਤੁਸੀਂ ਕੈਨੇਡਾ ਗਏ ਹੁੰਦੇ ਹੋ। ਹੁਣ ਦੂਜੇ ਪਾਸੇ ਫ੍ਰੈਂਚ ਦੀ ਡਿਮਾਂਡ ਕੈਨੇਡਾ ਦੇ ਵਿੱਚ ਲਗਾਤਾਰ ਵੱਧਦੀ ਜਾ ਰਹੀ ਹੈ, ਲਗਾਤਾਰ ਫ੍ਰੈਂਚ ਦੇ ਜਿਹੜੇ ਡਰਾਅ ਉਹ ਘੱਟ CR ਸਕੋਰ 'ਤੇ ਆ ਰਹੇ ਨੇ, ਜਿਸ ਦੇ ਚੱਲਦੇ ਹੁਣ ਲੋਕਾਂ ਦਾ ਜਿਹੜਾ ਚੇਂਜ ਆ ਉਹ ਫ੍ਰੈਂਚ ਵਾਲੇ ਪਾਸੇ ਨੂੰ ਹੋ ਗਿਆ ਹੈ, ਤਾਂ ਕਰਕੇ ਆਇਲਸ ਦੀ ਜਗ੍ਹਾ ਹੁਣ ਫ੍ਰੈਂਚ ਦੇ ਜਿਹੜੇ ਸਕੋਰ ਹੈ ਉਹ ਵੀ ਸੋਲਡ ਹੋਣੇ ਸ਼ੁਰੂ ਹੋ ਗਏ ਨੇ। ਅਤੇ ਇੰਨਾ ਰੇਟ ਉਹਦਾ ਮੈਂ ਸੁਣ ਕੇ ਹੈਰਾਨ ਹਾਂ ਕਿ $40,000 ਫ੍ਰੈਂਚ ਦੇ ਸਰਟੀਫਿਕੇਟ ਦਾ, ਜਾਂ ਕਹਿ ਸਕਦੇ ਹੋ ਕਿ ਫ੍ਰੈਂਚ ਦਾ ਸਕੋਰ ਜੇਕਰ ਤੁਸੀਂ ਖਰੀਦਣਾ ਤਾਂ $40,000 ਦੀ ਬੋਲੀ ਲਗਾਈ ਜਾ ਰਹੀ ਹੈ, ਯਾਨੀ $40,000 ਦੇ ਵਿੱਚ ਵੇਚਿਆ ਜਾ ਰਿਹਾ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਕੈਮ ਹੈ। ਜੇਕਰ ਇਸ ਤਰ੍ਹਾਂ ਦੀਆਂ ਇੱਕ ਅੱਧੀਆਂ ਸਟੋਰੀਆਂ ਚੈਨਲਸ ਕੋਲ ਪਹੁੰਚਦੀਆਂ ਨੇ, ਉੱਥੋਂ ਦੇ ਨਿਊਜ਼ ਅਦਾਰਿਆਂ ਕੋਲ ਪਹੁੰਚਦੀਆਂ ਨੇ, ਤਾਂ ਇਸ ਦੇ ਉੱਤੇ ਵੱਡੀ ਕਾਰਵਾਈ ਆਉਣ ਵਾਲੇ ਸਮੇਂ 'ਚ ਹੋ ਸਕਦੀ ਹੈ। ਜੇਕਰ ਕੋਈ ਵੀ ਇਸ ਬਾਰੇ ਵਿਚਾਰ ਕਰ ਰਿਹਾ ਕਿ ਇਹਨੂੰ ਖਰੀਦ ਲਈਏ, ਖਰੀਦ ਕੇ ਆਪਾਂ ਇੱਧਰਲੇ ਪਾਸੇ ਹੋ ਜਾਈਏ, ਗਲਤੀ ਨਾ ਕਰਿਓ, ਨਹੀਂ ਤਾਂ ਤੁਸੀਂ ਵੀ ਫਸ ਸਕਦੇ ਹੋ। ਸੋ ਉਮੀਦ ਕਰਦਾ ਕਿ ਇਸ ਜਿਹੜੀ ਇਨਫੋਰਮੇਸ਼ਨ ਹੈ ਉਸ ਤੋਂ ਤੁਸੀਂ ਅਵੇਅਰ ਜ਼ਰੂਰ ਹੋਏ ਹੋਵੋਗੇ ਅਤੇ ਤੁਹਾਨੂੰ ਇਹ ਤੋਂ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ। ਅਤੇ ਨਾਲ ਦੀ ਨਾਲੇ ਤੁਸੀਂ ਇਸ ਇਨਫੋਰਮੇਸ਼ਨ ਨੂੰ ਸਭ ਤੋਂ ਸਭ ਨਾਲ ਸਾਂਝਾ ਕਰੋ ਤਾਂ ਕਿ ਹਰ ਇੱਕ ਬੰਦਾ ਅਵੇਅਰ ਹੋ ਸਕੇ ਇਸ ਇਨਫੋਰਮੇਸ਼ਨ ਦੇ ਨਾਲ, ਕਿਸੇ ਦੇ ਜਾਲ 'ਚ, ਕਿਸੇ ਧੋਖਾਧੜੀ ਦੇ ਜਾਲ 'ਚ ਨਾ ਫਸ ਜਾਵੇ। ਉਮੀਦ ਕਰਦਾ ਵਲੋਗ ਪਸੰਦ ਆਇਆ ਹੋਗਾ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਵੀਜ਼ਾ ਫਾਈਲਿੰਗ ਨਹੀਂ ਕਰਦੇ, ਮਕਸਦ ਤੁਹਾਡੇ ਸਾਹਮਣੇ ਸਹੀ ਅਥੈਂਟਿਕ ਅਤੇ ਰਿਐਲਿਟੀ ਰੱਖਣਾ ਹੁੰਦਾ ਹੈ, ਪ੍ਰਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ। ਕੇਪਸ ਨੋਟ SOP ਛੱਲ ਚਾਹੁੰਦੇ ਹੋ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ, ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰੋ, ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ। ਫ੍ਰੈਂਚ ਦੀਆਂ ਅਸੀਂ ਔਨਲਾਈਨ ਕਲਾਸਿਸ ਵੀ ਦਿੰਦੇ ਹਾਂ, ਜੇਕਰ ਕਿਸੇ ਨੇ ਵੀ ਫ੍ਰੈਂਚ ਸਿੱਖਣੀ ਹੈ ਤਾਂ ਬਹੁਤ ਘੱਟ ਰੇਟ 'ਤੇ ਇੱਕ ਜੈਨੂਅਨ ਰੇਟ ਦੇ ਉੱਤੇ ਅਸੀਂ ਕੁਆਲਿਟੀ ਆਫ ਐਜੂਕੇਸ਼ਨ ਪ੍ਰੋਵਾਈਡ ਕਰਦੇ ਹਾਂ। ਉਮੀਦ ਕਰਦਾ ਵਲੋਗ ਪਸੰਦ ਆਏਗਾ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।